ਮੋਹਾਲੀ ਵਿੱਚ ਪੰਜਾਬ ਸਰਕਾਰ ਵੱਲੋਂ 10 ਰੁਪਏ ਵਿੱਚ ਪੇਟ ਭਰ ਕੇ ਖਾਣਾ ਦੇਣ ਦੀ ਯੋਜਨਾ ਨੂੰ ਲਾਗੂ ਕਰਨ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਰੁਪਏ ਵਿੱਚ ਲੋੜਵੰਦਾਂ ਨੂੰ ਖਾਣੇ ਦੀ ਵੰਡ ਕੀਤੀ ਗਈ। ਇੱਕ ਸਾਦੇ ਸਮਾਗਮ ਵਿੱਚ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਨੇ ਸਸਤੇ ਭੋਜਨ ਦੀ ਯੋਜਨਾ ਨੂੰ ਪ੍ਰੀ ਲਾਂਚ ਕੀਤਾ ਅਤੇ ਪਹਿਲੇ ਦਿਨ 250 ਦੇ ਕਰੀਬ ਜ਼ਰੂਰਤਮੰਦਾਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੁਆਰਾ ਚੋਣਾਂ ਦੇ ਸਮੇਂ ਲੋਕਾਂ ਨੂੰ ਪੇਟ ਭਰ ਕੇ ਖਾਣਾ ਦੇਣ ਦੇ ਵਾਅਦੇ ਅਨੁਸਾਰ ਹਰੇਕ ਜ਼ਿਲ੍ਹੇ ਵਿੱਚ 10 ਰੁਪਏ ਥਾਲੀ ਦੇਣ ਦੀ ਯੋਜਨਾ ਅਮਲ ਵਿੱਚ ਲਿਆਂਦੀ ਗਈ ਹੈ। 8 ਤਰੀਕ ਤੋਂ 3 ਜਗ੍ਹਾ ਤੇ ਸਾਡੀ ਮੋਬਾਈਲ ਵੈਨ ਹੋਇਆ ਕਰੇਗੀ, ਜਿਹਦੇ ਵਿੱਚ ਇੱਕ ਬੰਦਾ ਉਸ ਸੰਗਠਨ ਦਾ, ਇੱਕ ਸਾਡਾ ਰੈੱਡ ਕਰਾਸ ਦਾ ਜਾਂ SDM ਦਫ਼ਤਰ ਦਾ ਇੱਕ ਮੁਲਾਜ਼ਮ, ਜਿਹਦਾ ਕਿ ਨਾਮ ਡਿਸਪਲੇ ਹੋਏਗਾ। ਇੱਕ ਜਗ੍ਹਾ ਤੋਂ ਪਰਚੀ ਦਿੱਤੀ ਜਾਏਗੀ ਅਤੇ ਇੱਕ ਜਗ੍ਹਾ ਤੋਂ ਉਹ ਉਸਨੂੰ ਖਾਣੇ ਦਾ ਪੈਕੇਟ ਦਿੱਤਾ ਜਾਏਗਾ। ਜਿਨ੍ਹਾਂ ਨੂੰ ਵੀ ਖਾਣੇ ਦਾ ਪੈਕੇਟ ਦਿੱਤਾ ਜਾਏਗਾ, ਉਹ ਅਸੀਂ ਲੋਕੇਸ਼ਨ ਸਿਰਫ ਇਹ ਚੂਜ਼ ਕੀਤੀਆਂ ਨੇ ਜਿੱਥੇ ਫੁੱਟਫਾਲ ਜ਼ਿਆਦਾ ਹੈ ਔਰ ਲੋੜਵੰਦ ਜਿਹੜੇ ਵਿਅਕਤੀ ਨੇ ਉਹ ਜ਼ਿਆਦਾ ਨੇ। ਜਦੋਂ ਇਹਦੀ ਕਾਮਯਾਬੀ ਹੋ ਜਾਏਗੀ ਤਾਂ ਜੂਨ ਵਿੱਚ ਸਬ ਡਿਵੀਜ਼ਨ ਪੱਧਰ 'ਤੇ ਅਤੇ ਜਿੱਥੇ ਜ਼ਿਆਦਾ ਸਟੂਡੈਂਟਸ ਨੇ ਉਹਨਾਂ 'ਤੇ ਵੀ ਫੋਕਸ ਕਰ ਲਿਆ ਜਾਏਗਾ, ਕਿਉਂਕਿ ਖਰੜ, ਘੜੂਆਂ ਅਤੇ ਹੋਰ ਕੁਝ ਥਾਵਾਂ 'ਤੇ ਲੇਬਰ ਬਹੁਤ ਜ਼ਿਆਦਾ ਹੈ ਔਰ ਸਟੂਡੈਂਟਸ ਬਹੁਤ ਜ਼ਿਆਦਾ ਨੇ ਜਿਹੜੇ ਆਪਣੀ ਹੈਸੀਅਤ ਤੋਂ ਜ਼ਿਆਦਾ ਪੈਸਾ ਦੇ ਕੇ ਬਾਹਰ ਖਾਣਾ ਖਾ ਰਹੇ ਨੇ। ਤੋ ਫੋਕਸ ਸਟੂਡੈਂਟਸ 'ਤੇ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਇੱਕ ਵਾਰੀ ਅਸੀਂ ਥੋੜ੍ਹਾ ਜਿਹਾ ਇਸ ਨੂੰ ਬੈਟਰ ਪਲੈਨਿੰਗ ਕਰਕੇ ਬੈਟਰ ਔਰਗੇਨਾਈਜ਼ ਕਰ ਸਕੇ।